ਮਲਾਰ ਮਹੱਲਾ ਪੰਜਵਾਂ। ਰਾਗ ਮਲਾਰ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਪਰਮੇਸ਼ਰ ਹੋਆ ਦਿਆਲ। ਹੇ ਭਾਈ, ਜਿਸ ਮਨੁੱਖ ਉੱਤੇ ਪਰਮਾਤਮਾ ਦਿਆਵਾਨ ਹੁੰਦਾ ਹੈ, ਮੇਘ ਵਰਸੈ ਅੰਮ੍ਰਿਤ ਧਾਰ, ਉਸਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਬੱਦਲ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ। ਸਗਲੇ ਜੀ ਜੰਤ ਤ੍ਰਿਪਤਾਸੇ, ਜਿਨ੍ਹਾਂ ਉੱਤੇ ਇਹ ਵਰਖਾ ਹੁੰਦੀ ਹੈ ਉਹ ਸਾਰੇ ਜੀਵ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੇ ਹਨ। ਕਾਰਜ ਆਏ ਪੂਰੇ ਰਾਸੇ, ਉਹਨਾਂ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ। ਸਦਾ ਸਦਾ ਮਨ ਨਾਮ ਸੰਭਾਲ, ਹੇ ਮੇਰੇ ਮਨ, ਸਦਾ ਹੀ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੋ। ਗੁਰਪੂਰੇ ਕੀ ਸੇਵਾ ਪਾਇਆ, ਇੱਥੇ ਉੱਥੇ ਨਿਭੈ ਨਾਲ ਰਹਾਓ। ਇਹ ਨਾਮ ਪੂਰੇ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਅਤੇ ਇਸ ਲੋਕ ਅਤੇ ਪਰਲੋਕ ਵਿੱਚ ਜੀਵ ਦੇ ਨਾਲ ਸਾਥ ਦਿੰਦਾ ਹੈ। ਦੁੱਖ ਭੰਨਾ ਭੈ ਭੰਜਨ ਹਾਰ, ਅਤੇ ਜੀਵਾਂ ਦਾ ਹਰੇਕ ਦੁੱਖ ਦੂਰ ਕੀਤਾ ਹੈ। ਆਪਣਿਆਂ ਜੀਆਂ ਕੀ ਕੀਤੀ ਸਾਰ, ਜੀਵਾਂ ਦੇ ਸਾਰੇ ਡਰ ਨਾਸ ਕਰ ਸਕਣ ਵਾਲੇ ਉਸ ਪ੍ਰਭੂ ਨੇ ਆਪਣੇ ਪੈਦਾ ਕੀਤੇ ਜੀਵਾਂ ਦੀ ਸਦਾ ਸੰਭਾਲ ਕੀਤੀ ਹੈ। ਰਾਖਣਹਾਰ ਸਦਾ ਮਿਹਰਬਾਨ, ਹੇ ਭਾਈ, ਰੱਖਿਆ ਕਰਨ ਦੀ ਸਮਰੱਥਾ ਵਾਲਾ ਪਰਮਾਤਮਾ ਜੀਵਾਂ ਉੱਤੇ ਸਦਾ ਦਿਆਵਾਨ ਰਹਿੰਦਾ ਹੈ। ਸਦਾ ਸਦਾ ਜਾਈਏ ਕੁਰਬਾਨ, ਉਸਦੇ ਚਰਨਾਂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ। ਕਾਲ ਗਵਾਇਆ ਕਰਤਾ ਆਪ, ਕਰਤਾਰ ਨੇ ਉਸਦੇ ਸਿਰ ਤੋਂ ਆਤਮਕ ਮੌਤ ਦੂਰ ਕਰ ਦਿੱਤੀ। ਸਦਾ ਸਦਾ ਮਨ ਤਿਸ ਨੌ ਜਾਪ, ਹੇ ਮਨ, ਸਦਾ ਹੀ ਉਸ ਪਰਮਾਤਮਾ ਦਾ ਨਾਮ ਜਪਿਆ ਕਰ। ਦਿਸ਼ਟ ਧਾਰ ਰਾਖੇ ਸਭ ਜੰਤ, ਉਸ ਭਗਵਾਨ ਨੇ ਮਿਹਰ ਦੀ ਨਿਗਾਹ ਕਰਕੇ ਸਾਰੇ ਜੀਵਾਂ ਦੀ ਸਦਾ ਰੱਖਿਆ ਕੀਤੀ ਹੈ। ਗੁਣ ਗਾਵੋ ਨਿਤ ਨਿਤ ਭਗਵੰਤ, ਹੇ ਭਾਈ, ਭਗਵਾਨ ਦੇ ਗੁਣ ਸਦਾ ਹੀ ਗਾਉਂਦੇ ਰਹੋ। ਏਕੋ ਕਰਤਾ ਆਪੇ ਆਪ, ਹੇ ਭਾਈ, ਕਰਤਾਰ ਆਪ ਹੀ ਆਪ ਹਰ ਥਾਂ ਮੌਜੂਦ ਹੈ। ਹਰ ਕੇ ਭਗਤ ਜਾਣੈ ਹੈ ਪ੍ਰਤਾਪ, ਉਸਦੇ ਭਗਤ ਉਸਦਾ ਤੇਜ ਪ੍ਰਤਾਪ ਜਾਣਦੇ ਹਨ। ਨਾਵੈ ਕੀ ਪੈਜ ਰੱਖਦਾ ਆਇਆ, ਉਹ ਸਰਨਯੋਗ ਹੈ, ਸਰਨ ਪਿਆ ਦੀ ਬਾਂਹ ਫੜਦਾ ਹੈ। ਆਪਣੇ ਇਸ ਨਾਮ ਦੀ ਲਾਜ ਉਹ ਸਦਾ ਹੀ ਰੱਖਦਾ ਆ ਰਿਹਾ ਹੈ। ਨਾਨਕ ਬੋਲੈ ਤਿਸ ਕਾ ਬੋਲਾਇਆ, ਉਸਦਾ ਦਾਸ ਨਾਨਕ ਉਸ ਕਰਤਾਰ ਦਾ ਪ੍ਰੇਰਿਆ ਹੋਇਆ ਹੀ ਉਸਦੀ ਸਿਫਸਲਾ ਦਾ ਬੋਲ ਬੋਲਦਾ ਹੈ। ਮਲਾਰ ਮਹੱਲਾ ਪੰਜਵਾਂ। ਰਾਗ ਮਲਾਰ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਗੁਰ ਸਰਣਾਈ ਸਗਲ ਨਿਧਾਨ, ਹੇ ਭਾਈ, ਗੁਰੂ ਦੀ ਸ਼ਰਨ ਪੇ ਰਿਹਾ ਸਾਰੇ ਖਜ਼ਾਨੇ ਮਿਲ ਜਾਂਦੇ ਹਨ। ਸਾਚੀ ਦਰਗਾਹ ਹੈ ਪਾਈਐ ਮਾਨ, ਸਦਾ ਕਾਇਮ ਰਹਿਣ ਵਾਲੀ ਰੱਬੀ ਦਰਗਾਹ ਵਿੱਚ ਆਦਰ ਮਿਲਦਾ ਹੈ। ਭਰਮ ਭਉ ਦੁੱਖ ਦਰਦ ਸਭ ਜਾਏ,
ਜਿਹੜਾ ਮਨੁੱਖ ਗਾਉਂਦਾ ਹੈ ਉਸ ਦਾ ਭਰਮ ਡਰ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ। ਸਾਧ ਸੰਗ ਸਦ ਹਰ ਗੁਣ ਗਾਏ, ਗੁਰੂ ਦੀ ਸੰਗਤ ਵਿੱਚ ਰਹਿ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ। ਮਨ ਮੇਰੇ ਗੁਰਪੂਰਾ ਸਾਲਾ ਹੈ, ਇਹ ਮੇਰੇ ਮਨ ਪੂਰੇ ਗੁਰੂ ਦੀ ਸਦਾ ਸਿਰ ਸਲਾਹ ਕਰਿਆ ਕਰ। ਨਾਮ ਨਿਧਾਨ ਜਪੋ ਦਿਨ ਰਾਤੀ, ਮਨ ਚਿੰਨ ਦੇ ਫਲ ਪਾਏ ਰਹਾਓ। ਗੁਰੂ ਦੀ ਸ਼ਰਨ ਪੈ ਕੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰ, ਇਹੀ ਹੈ ਸਾਰੇ ਸੁੱਖਾਂ ਦਾ ਖਜ਼ਾਨਾ। ਜਿਹੜਾ ਮਨੁੱਖ ਜਪਦਾ ਹੈ ਉਹ ਮਨ ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰ ਜੇਵਡ ਅਵਰ ਨਾ ਕੋਏ, ਹੇ ਭਾਈ ਬਖਸ਼ਿਸ਼ਾਂ ਕਰਨ ਵਿੱਚ ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ। ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ, ਉਹ ਗੁਰੂ ਪਾਰ ਬ੍ਰਹਮ ਹੈ, ਗੁਰੂ ਪਰਮੇਸ਼ਰ ਹੈ, ਜਨਮ ਮਰਨ ਦੁੱਖ ਤੇ ਰੱਖ ਹੈ। ਗੁਰੂ ਜੰਮਣ ਮਰਨ ਦੇ ਗੇੜ ਦੇ ਦੁੱਖਾਂ ਤੋਂ ਬਚਾਉਂਦਾ ਹੈ। ਮਾਇਆ ਬਿਖ ਫਿਰ ਬਹੁੜ ਨਾ ਚੱਖ ਹੈ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਨੂੰ ਮੁੜ ਮੁੜ ਸਵਾਦ ਲਾ ਲਾ ਕੇ ਨਹੀਂ ਚੱਖਦਾ ਰਹਿੰਦਾ। ਗੁਰ ਕੀ ਮਹਿਮਾ ਕਥਨ ਨਾ ਜਾਏ, ਇਹ ਭਾਈ ਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰ ਪਰਮੇਸ਼ਵਰ ਸੱਚ ਹੈ ਨਾਏ, ਗੁਰੂ ਪਰਮੇਸ਼ਵਰ ਦਾ ਰੂਪ ਹੈ, ਗੁਰੂ ਪਰਮਾਤਮਾ ਦੇ ਸਦਾ ਕਾਇਮ ਰਹਿਣ ਵਾਲੇ ਨਾਮ ਵਿੱਚ ਲੀਨ ਰਹਿੰਦਾ ਹੈ। ਸੱਚ ਸੰਜਮ ਕਰਨੀ ਸਭ ਸਾਚੀ, ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਇਹੀ ਹੈ ਗੁਰੂ ਦਾ ਸੰਜਮ। ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ ਇਹੀ ਹੈ ਗੁਰੂ ਦੀ ਕਰਨੀ। ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ, ਜਿਹੜਾ ਮਨ ਗੁਰੂ ਦੀ ਸੰਗਤ ਵਿੱਚ ਮਸਤ ਰਹਿੰਦਾ ਹੈ ਉਹ ਮਨ ਪਵਿੱਤਰ ਹੋ ਜਾਂਦਾ ਹੈ। ਗੁਰ ਪੂਰਾ ਪਾਈਐ ਵੱਡ ਭਾਗ, ਹੇ ਭਾਈ ਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਦਾ ਹੈ। ਕਾਮ ਕ੍ਰੋਧ ਲੋਭ ਮਨ ਤੇ ਤਿਆਗ, ਜਿਸ ਨੂੰ ਮਿਲਦਾ ਹੈ ਉਹ ਮਨੁੱਖ ਆਪਣੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਆਦਿਕ ਵਿਕਾਰ ਦੂਰ ਕਰਕੇ ਗੁਰੂ ਦੀ ਸ਼ਰਨ ਪਿਆ ਰਹਿੰਦਾ ਹੈ। ਕਰ ਕਿਰਪਾ ਗੁਰ ਚਰਨ ਨਿਵਾਸ, ਮਿਹਰ ਕਰਕੇ ਮੈਨੂੰ ਗੁਰੂ ਦੇ ਚਰਨਾਂ ਵਿੱਚ ਟਿਕਾਈ ਰੱਖ ਅਤੇ ਆਪਣਾ ਸਦਾ ਥਿਰ ਨਾਮ ਬਖਸ਼। ਨਾਨਕ ਕੀ ਪ੍ਰਭ ਸੱਚ ਅਰਦਾਸ, ਹੇ ਪ੍ਰਭੂ ਤੇਰੇ ਸੇਵਕ ਨਾਨਕ ਦੀ ਇਹ ਅਰਦਾਸ ਹੈ। ਰਾਗ ਮਲਾਰ ਮਹੱਲਾ ਪੰਜਵਾਂ, ਪੜਤਾਲ ਘਰ ਤੀਜਾ। ਰਾਗ ਮਲਾਰ ਦੇ ਤੀਜੇ ਘਰ ਵਿੱਚ ਉਚਾਰਨ ਕੀਤੀ ਹੋਈ ਇਹ ਬਾਣੀ ਪੜਤਾਲ ਧੰਨ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਕੇਵਲ ਇੱਕ ਹੈ ਅਤੇ ਸੱਚੇ ਗੁਰੂ ਦੀ ਦਇਆ ਨਾਲ ਮਿਲਦਾ ਹੈ। ਗੁਰਮਨਾਰ ਪ੍ਰਿਯੈ ਦਿਆਰ ਸਿਓ ਰੰਗ ਕੀਆ, ਹੇ ਸਖੀ ਜਿਸ ਜੀਵ ਇਸਤਰੀ ਨੇ ਆਪਣੇ ਗੁਰੂ ਦੀ ਪ੍ਰਸੰਨਤਾ ਹਾਸਲ ਕਰਕੇ ਦਇਆ ਦੇ ਸੋਮੇ ਪਿਆਰੇ ਪ੍ਰਭੂ ਨਾਲ ਆਤਮਕ ਆਨੰਦ ਮਾਨਣਾ ਸ਼ੁਰੂ ਕਰ ਦਿੱਤਾ। ਕੀਨੋ ਰੀ ਸਗਲ ਸਿੰਗਾਰ, ਉਸ ਨੇ ਸਾਰੇ ਆਤਮਕ ਸਿੰਗਾਰ ਕਰ ਲਏ, ਭਾਵ ਉਸ ਦੇ ਅੰਦਰ ਉੱਚੇ ਆਤਮਕ ਗੁਣ ਪੈਦਾ ਹੋ ਗਏ। ਤਜਿਓ ਰੀ ਸਗਲ ਬੇਕਾਰ,
ਉਸ ਨੇ ਸਾਰੇ ਵਿਕਾਰ ਤਿਆਗ ਦਿੱਤੇ। ਧਾਵ ਤੋਂ ਅਸਥਿਰ ਥੀਆ ਰਹਾਓ, ਉਸਦਾ ਪਹਿਲਾ ਭਟਕਦਾ ਮਨ ਡੋਲਣੋਂ ਹਟ ਗਿਆ। ਐਸੇ ਰੇ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉਂ ਸੰਗ। ਹੇ ਮੇਰੇ ਮਨ, ਤੂੰ ਵੀ ਇਸੇ ਤਰ੍ਹਾਂ ਪ੍ਰਭੂ ਦਾ ਮਿਲਾਪ ਹਾਸਲ ਕਰਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਸੰਤ ਜਨਾਂ ਨਾਲ ਸੰਗਤ ਕਰਿਆ ਕਰ। ਬਾਜੇ ਬਾਜੇ ਹੈ ਮਿਰਦੰਗ ਅਨਾਹਦ ਕੋਕਲ ਰੀ, ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹੀਆ। ਤੇਰੇ ਅੰਦਰ ਐਸਾ ਆਨੰਦ ਬਣਿਆ ਰਹੇਗਾ ਜਿਵੇਂ ਇੱਕ ਰਸ ਢੋਲ ਆਦਿਕ ਸਾਜ ਵੱਜ ਰਹੇ ਹਨ। ਤੇਰੀ ਜੀਵ ਇਉਂ ਪਰਮਾਤਮਾ ਦਾ ਨਾਮ ਉਚਾਰਿਆ ਕਰੇਗੀ ਜਿਵੇਂ ਕੋਇਲ ਮਿੱਠੇ ਅਤੇ ਬੜੇ ਸੁੰਦਰ ਬੋਲ ਬੋਲਦੀ ਹੈ। ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਯ ਅਮੋਗ, ਤੈਸੇ ਹੀ ਸੰਗ ਸੰਤ ਬਣੇ। ਹੇ ਪਿਆਰੇ ਪ੍ਰਭੂ, ਹੇ ਬਹੁਤ ਬੇਅੰਤ ਪ੍ਰਭੂ, ਤੇਰੇ ਦਰਸ਼ਨ ਦੀ ਵਡਿਆਈ ਅਜਿਹੀ ਹੈ ਕਿ ਸਫਲਤਾ ਦੇ ਨਿਸ਼ਾਨੇ ਤੋਂ ਉੱਕਦੀ ਨਹੀਂ। ਭਵ ਉਤਾਰ ਨਾਮ ਭਣੇ, ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਤੇਰਾ ਨਾਮ ਜਪ ਜਪ ਕੇ ਤੇਰੇ ਸੰਤ ਵੀ ਤੇਰੇ ਚਰਨਾਂ ਵਿੱਚ ਜੁੜ ਕੇ ਤੇਰੇ ਵਰਗੇ ਬਣ ਜਾਂਦੇ ਹਨ। ਰਾਮ 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 ਮਾਲ, ਹੇ ਨਾਨਕ, ਜਿਹੜੇ ਸੇਵਕ ਪਰਮਾਤਮਾ ਦੇ ਨਾਮ ਦੀ ਸੁੰਦਰ ਮਾਲਾ ਆਪਣੇ ਮਨ ਵਿੱਚ ਫੇਰਦੇ ਰਹਿੰਦੇ ਹਨ, ਮਨ ਫੇਰਤੇ ਹਰ ਸੰਗ ਸੰਗੀਆ, ਉਹ ਪਰਮਾਤਮਾ ਦੇ ਨਾਲ ਟਿਕੇ ਰਹਿਣ ਵਾਲੇ ਸਾਥੀ ਬਣ ਜਾਂਦੇ ਹਨ। ਜਨ ਨਾਨਕ ਪ੍ਰੀਓ ਪ੍ਰੀਤਮ ਥੀਆ, ਹੇ ਨਾਨਕ ਆਖ, ਪ੍ਰਭੂ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।